ਆਹੋ ਮਾਇਟਾ ਬੇ ਦੇ ਫੁੱਲ ਕੇ ਵਰਗੀ ਨਰਮ ਜਿਹੀ ਮਟਿਆਰ ਲੈ ਮਾਇਟਾ ਬੇ ਦੇ ਫੁੱਲ ਕੇ ਵਰਗੀ ਨਰਮ ਜਿਹੀ ਮਟਿਆਰ ਉਹ ਪਈ ਤਾਂ ਤੂੰ ਪੀਰਾਂ ਦੇ ਰੋਟ ਵਰਗੀ ਹੈ ਨਾ ਵਾ ਕਿੱਥੋਂ ਆਇਆ ਕੌੜੇ ਕੱਚ ਕੇ ਹਾਂ ਬਾਲਣ ਨਹੀਂ ਲੈ ਕੇ ਆਇਆ ਕੱਲ ਨੂੰ ਪੱਠੀ ਚ ਤੈਨੂੰ ਡਾਹੂ ਆ ਬਾਲੀ ਕੁੱਤਾ ਪਕਾਈ ਨਾ ਮਾਰੇ ਘਰ ਚੱਲ ਕੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਮੈਨੂੰ ਭੁੱਖ ਲੱਗੀ ਆ ਇਹ ਤੇਰੀ ਖਾਤਰ ਸੰਨੀ ਨਾਰ ਲਵਾ ਦਿਓ ਸੰਨੀ ਰਣਾਉਣ ਨੂੰ ਮੈਂ ਬਲਦ ਦੇ ਬਲਦ ਦੇ ਤੇਰੇ ਜਿੱਡੇ ਜਿੱਡੇ ਚਿੱਚੜ ਲੱਗੇ ਵੇ ਹੁੰਦੇ ਆ ਤੇਰੀ ਰਾਜ ਨਾ ਦਾਤੀ ਨਾ ਅੰਦਰਾ ਕੱਢ ਲੂ ਮੇਰੇ ਪਿਓ ਦੇ ਸਾਲੇ ਦੀਆਂ ਨਾ ਮੈਂ ਤਾਂ ਪੈਰੀ ਪੈਣ ਲੱਗਾ ਪੁੱਤ ਨਾ ਵੇ ਗੱਲ ਸੁਣ ਜੀ ਆਗਰ ਬੁੜਾ ਕੀ ਰੌਲਾ ਜਾ ਪਾਈ ਜਾਂਦਾ ਸੀ ਓਏ ਐਵੇਂ ਫੁਕਰੀਆਂ ਮਾਰਦਾ ਸੀ ਕਹਿੰਦਾ ਸੀ ਮੇਰੇ ਮੁੰਡੇ ਦੀ ਮਿੰਦੋ ਤਹਿਸੀਲਦਾਰੀ ਨਾਲ ਗੱਲਬਾਤ ਆ ਇਹਦੇ ਚ ਫੁਕਰੀ ਮਾਰਨ ਵਾਲੀ ਕਿਹੜੀ ਗੱਲ ਆ ਮੂੰ ਅਜ ਤੱਕ ਕਦੇ ਫੁਕਰੀ ਮਾਰੀ ਨਹੀਂ ਮੇਰੀ ਪੰਜਵਾਹਾਂ ਨਾਲ ਗੱਲ ਆ ਕਿਹਦੇ ਨਾਲ ਗੱਲਬਾਤ ਆ ਤੇਰੀ ਇਹ ਗਲਤ ਨਾ ਸਮਝੇ ਮੈਂ ਤਾਂ ਇਹ ਕਹਿੰਨੀ ਆ ਵੀ ਮੇਰੀ ਤਾਈ ਨਾ ਮੇਰੀ ਗੱਲ ਮੇਰੀ ਚਾਚੀ ਨਾ ਮੇਰੀ ਗੱਲ ਮੇਰੇ ਮਾਮੇ ਦੀ ਕੁੜੀ ਨਾ ਮੇਰੀ ਗੱਲ ਵੀ ਮੇਰੀਆਂ ਸਹੇਲੀਆਂ ਉਹਨਾਂ ਨਾਲ ਮੇਰੀ ਗੱਲ ਉਹ ਬੋਲੀਏ ਮੇਰਾ ਮਤਲਬ ਇਹ ਹੈ ਤੇਜਾ ਮਿੰਦੋ ਤਹਿਸੀਲਦਾਰ ਨਾਲ ਵਿਆਹ ਕਰਾ ਰਿਹਾ ਆਹੋ ਮੈਨੂੰ ਤਾਂ ਤੂੰ ਵਿਆਹ ਲਿਆਇਆ ਤੇਜਾ ਵਿਚਾਰਾ ਤਾਂ ਮਿੰਦੋ ਜੋ ਕਹੀ ਰਹਿ ਗਿਆ ਉਹ ਤੇਰੇ ਅੱਗੇ ਹੱਥ ਬੰਨਦਾ ਆ ਗੱਲ ਅੱਗੇ ਨਾ ਕਿਸੇ ਕੋਲ ਕਰੀ ਵੇ ਊ ਤਾਂ ਭਲਾ ਮੈਂ ਜਾਵਾਂ ਨਾ ਕਿਸੇ ਨੂੰ ਦੱਸਦੀ ਹੁਣ ਤਾਂ ਮੈਂ ਸਾਰੇ ਪਿੰਡ ਚ ਰੌਲਾ ਪਾਉਂ ਵੇ ਆਖ